ਹਾਂਜੀ ਸਤਿ ਸ਼੍ਰੀ ਅਕਾਲ ਜੀ। ਅੱਜ ਆਪਾਂ ਕਰਨ ਜਾ ਰਹੇ ਹਾਂ ਅਭਿਆਸ ਨੰਬਰ 6 ਸ਼ਬਦਾਵਲੀ ਅਭਿਆਸ ਭਾਸ਼ਾ ਭਰ ਦੀ ਬੁੱਕ ਸੈਕਿੰਡ ਬੁੱਕ ਦਾ ਅਭਿਆਸ ਨੰਬਰ 6 ਦੇ ਵਰਡ ਡਿਟੇਸ਼ਨ ਅਪਲੋਡ ਪਹਿਲਾਂ ਕਰ ਚੁੱਕਾ ਮੈਂ, ਠੀਕ ਹੈ। ਉਹਦੇ ਆਊਟਲਾਈਨਸ ਆ ਅਭਿਆਸ ਨੰਬਰ 6 ਦੀ, ਅਤੇ ਇਸੇ ਚੈਨਲ ਦੇ ਉੱਪਰ ਇਹਦੀ ਪਲੇਲਿਸਟ ਬਣਾਈ ਹੋਈ ਆ, ਜਿਹਦੇ ਨਾਲ ਹੀ ਇਹਦੀ ਆਊਟਲਾਈਨ ਦਿੱਤੀ ਹੋਈ ਆ ਅਤੇ ਨਾਲ ਹੀ ਉਹਦੇ ਡਿਕਟੇਸ਼ਨ ਦਿੱਤੀ ਹੋਈ ਆ। ਤੁਸੀਂ ਜੇ ਕੋਈ ਵਰਡ ਨਹੀਂ ਪਤਾ ਲੱਗਦਾ ਇਸ ਡਿਕਟੇਸ਼ਨ ਤੋਂ ਲਿਖਣ ਤੋਂ ਪਹਿਲਾਂ ਇਸ ਆਊਟਲਾਈਨ ਨੂੰ ਦੇਖਣਾ ਹੈ ਵੀ ਕਿਵੇਂ ਕਰਨਾ। ਸਿਰਫ ਜਿਹੜੇ ਸਟਾਰਟਿੰਗ ਤੋਂ ਹੁਣ ਫਸਟ ਬੁੱਕ ਕਰਕੇ ਸੈਕਿੰਡ ਬੁੱਕ 'ਤੇ ਪਹੁੰਚੇ ਆ ਉਹਨਾਂ ਵਾਸਤੇ ਇਹ ਵੀਡੀਓ ਹੋਊਗੀ, ਠੀਕ ਹੈ। ਪਹਿਲਾ ਵਰਡ ਅਭਿਆਸ ਨੰਬਰ 6 ਦੇ ਵਿੱਚ ਰਾਜਸੀ ਨੇਤਾ, ਰਾਜਸੀ ਕੋਈ ਨੋਰਮਲ ਪਾਵਾਂਗੇ, ਰਾਜਸੀ ਅਤੇ ਨੇਤਾ ਗ੍ਰਹਿਣ ਘੱਟਾ ਦੇ ਰਾਜਸੀ ਨੇਤਾ। ਓਵਲ ਆਉਣ ਦੀ ਲੋੜ ਨਹੀਂ ਬਿਲਕੁਲ ਵੀ, ਕੋਈ ਓਵਲ ਨਹੀਂ ਹੋਣਾ, ਹੋਣਾ ਹੋਣ 'ਤੇ ਆਉਣ ਸ਼ਬਦ ਚਲਣ ਆਉਣਾ ਪਵੇ ਹੋਣਾ। ਸਾਡੇ ਦੇਸ਼ ਵਿੱਚ ਬਹੁਤ ਮਹੱਤਵ ਰੱਖਦਾ ਹੈ ਥੋੜ੍ਹੇ ਸਮੇਂ ਵਿੱਚ ਸੁਭਾਅ ਅਨੁਸਾਰ ਬਹੁਤ ਮਾੜਾ ਹੁੰਦਾ ਹੈ ਭੁੱਲ ਜਾਂਦਾ ਹੈ ਅੱਗੇ ਹੋ ਜਾਂਦਾ ਹੈ ਜੀ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜ਼ਿਆਦਾ ਮੁਸ਼ਕਲ ਹੈ, ਬਹੁਤ ਵੱਡਾ ਸੰਗਰਾਮ ਹੈ ਜਿਸ ਵਿੱਚ ਲੁੜਕ ਸਕਦਾ ਹੈ, ਲੁੜਕ ਸਕਦਾ ਹੈ ਵੱਡੀ ਤੋਂ ਵੱਡੀ ਕੀਤਾ ਹੋਇਆ। ਪਹਿਲਾਂ ਆਪਾਂ ਇਸ ਸੱਤਾ ਵਿੱਚ ਵਿਧਾਨ ਸਭਾ ਲਈ ਹੋ ਰਹੀਆਂ ਹਨ ਵਾਸਤੇ ਪਟਕ ਲਵਾਂਗੇ, ਠੀਕ ਹੈ। ਇਸ ਆਪਣਾ ਅਭਿਆਸ ਨੰਬਰ 6 ਦੇ ਵਰਡਸ ਡਿਕਟੇਸ਼ਨ ਮੈਂ ਨਾਲ ਹੀ ਇਹਦੇ ਅਪਲੋਡ ਕਰ ਚੁੱਕਿਆ ਪਹਿਲਾਂ ਅਤੇ ਨਾਲ ਇਹਦੇ ਅਪਲੋਡ ਕਰ ਲਿਆ। ਨੈਕਸਟ ਹੈਗਾ ਅਭਿਆਸ ਨੰਬਰ ਆਪਣਾ 8, ਠੀਕ ਹੈ। ਮੈਨੂੰ ਆਦੇਸ਼ ਹੋਇਆ ਹੈ ਕਿ ਅਸੀਂ ਲੋਕਾਂ ਪਤਾ ਲਗਾਉਂਦੇ ਹਾਂ ਇਸ ਸਮੇਂ ਬਿਨਾਂ ਸ਼ੱਕ ਇਹ ਬੁੱਕ ਤੁਹਾਡੇ ਕੋਲ ਹੋਣੀ ਚਾਹੀਦੀ। ਜਿਹਨੂੰ ਬੁੱਕ ਨਹੀਂ ਹੈਗੀ ਉਹ ਮੈਨੂੰ ਮੈਸੇਜ ਕਰ ਸਕਦਾ ਹੈ, ਮੈਂ ਸੈਂਡ ਕਰ ਦੂੰਗਾ ਬੁੱਕ, PDF ਫਾਈਲ ਵੀ ਹੈਗੀ ਆ ਤੁਹਾਨੂੰ ਸੈਂਡ ਕਰ ਦਾਂਗੇ, ਠੀਕ ਆ। ਬਿਨਾਂ ਸ਼ੱਕ ਆ ਬਿਨਾਂ ਸ਼ੱਕ ਆ ਲੈਣ ਕਰਕੇ ਪਾਵਾਂਗੇ ਕਿ ਲੈਣ 'ਤੇ ਪਾਉਣਾ ਪਏ ਬੰਦ ਬੇਸ਼ੱਕ ਇਹਨੂੰ ਵਾਪਰਨ ਦੀ ਲੋੜ ਨਹੀਂ ਹੈਗੀ, ਅੱਖਰ ਲੈਣ 'ਤੇ ਤਾਂ ਲਾਉਣਾ ਪੜਾ ਜਾਊਗਾ, ਕੱਢ ਕੇ ਪਾਉਣੇ ਤਿਆਰੀਆਂ ਪੜਾ ਦੱਸਿਆ ਜਾਂਦਾ, ਠੀਕ ਆ। ਬਿਨਾਂ ਸ਼ੱਕ ਜਾਪਦਾ ਹੈ, ਜਿੱਦਾਂ ਛੋਟਾ ਪਾਉਂਦਾ ਜਾਪਦਾ ਹੈ, ਖਾਈ ਜਾ ਰਿਹਾ ਹੈ, ਰਿਹਾ ਵੀ ਆਉਟ ਲੱਗ ਗਈ ਇਸ ਲਈ ਨਹੀਂ ਜਾ ਸਕਦੇ। ਲੈਣਾ ਚਾਹੀਦਾ ਹੈ ਕਿ ਉਹ ਥੱਲੇ ਆ ਗਿਆ, ਲਿਆਂਦਾ ਜਾ ਸਕਦਾ ਹੈ, ਲਿਆਂਦਾ ਸਬਜ਼ਨ ਜਾ ਸਰਕਲ ਲੱਗ ਗਿਆ, ਸਕਦੇ ਵਾਲਾ ਸਰਕਲ ਅਤੇ ਜਾ ਵਾਲਾ ਸਰਕਲ ਇਕੱਠਾ ਲੱਗ ਗਿਆ, ਫਟਾ ਪਟਾ ਜਾਊਗਾ, ਕੱਢਿਆ ਜਾ ਸਕਦਾ ਹੈ, ਠੀਕ ਆ। ਨੈਕਸਟ ਹੈਗਾ ਕਿਹਾ ਜਾ ਸਕਦਾ ਹੈ, ਤਵੱਜੋ ਪਾਪਲਾ ਦੀ ਤਵੱਜੋ ਮੰਗਦਾ ਹੈ। ਲਾਸਟ ਅਭਿਆਸ ਨੰਬਰ 8 ਦੇ ਇਹ ਵਰਡ ਸੀਗੇ, ਠੀਕ ਹੈ। ਬਾਕੀ ਜਿਹੜਾ ਤੁਹਾਨੂੰ ਪੁੱਛਣਾ ਪਾਪਾ ਲੱਗੂਗਾ ਮੈਨੂੰ ਪੁੱਛ ਲੈਣਾ ਤੁਸੀਂ, ਕਸੂਤਾ ਗੇੜ ਬਾਕੀ ਸਿੰਪਲੀ ਵਰਡ ਤੋੜਨਾ, ਠੀਕ ਹੈ। ਅਭਿਆਸ ਨੰਬਰ 8 ਦੇ ਵਰਡ ਹੈ, ਠੀਕ ਹੈ। ਬਸ ਇਹਦੀ ਪ੍ਰੈਕਟਿਸ ਕਰਨੀ ਪਊ, ਪਹਿਲਾਂ ਵਰਡ ਦੀ ਪ੍ਰੈਕਟਿਸ ਕਰੋ ਫਿਰ ਡਿਕਟੇਸ਼ਨ ਲਿਖਣੀ ਆ, ਨਾਲ ਪੂਰੇ ਪਹਿਲੇ ਪ੍ਰੈਕਟਿਸ ਕਰਕੇ ਘੱਟੋ ਘੱਟ 40 ਦੇ ਕਰਕੇ ਫਿਰ ਡਿਕਟੇਸ਼ਨ ਨੂੰ ਟਰਾਈ ਕਰਨਾ, ਫਿਰ ਸਪੀਡ ਬਣਨੀ ਆ। ਹੁਣ ਸਟਾਰਟਿੰਗ ਦੇ ਛੋਟੇ ਛੋਟੇ ਪਰੇ ਹੈਗੇ ਆ, ਸਪੀਡ ਬਣ ਜਾਣੀ ਆ, ਰਾਈਟਿੰਗ ਵਧੀਆ ਬਣ ਜਾਣੀ ਆ। ਜੇ ਆਪਾਂ ਸਪੀਡ ਬਣਾਉਣ ਚੱਕਰ 'ਚ ਪੈ ਗਏ ਅਤੇ ਪ੍ਰੈਕਟਿਸ ਘੱਟ ਲਈ ਅਤੇ ਪੇਜ ਘੱਟ ਪਾਏ ਅਤੇ ਰਾਈਟਿੰਗ ਆਪਣੀ ਵੇਖ ਜਾਣੀ ਆ, ਇਸ ਕਰਕੇ ਪ੍ਰੈਕਟਿਸ ਕਰਕੇ ਫਿਰ ਹੀ ਡਿਕਟੇਸ਼ਨ ਟਰਾਈ ਕਰਨਾ, ਠੀਕ ਹੈ। ਥੈਂਕ ਯੂ ਜੀ ਫੋਰ ਵਰਡਸ।